ਸਤਿ ਸ਼੍ਰੀ ਅਕਾਲ ਦੋਸਤੋ ਸਾਰੇ ਨੂੰ, ਮੈਂ ਅਮਰਜੋਤ ਸਿੰਘ ਬੋਲ ਰਿਹਾ ਸੁਖਦ ਇੰਡੀਆ ਤੋਂ। ਕਈ ਵਾਰ ਮੈਨੂੰ ਲੋਕ ਪੁੱਛਦੇ ਆ ਕਿ ਵੀ ਮੈਨੂੰ ਕੋਈ LMO ਦਿਵਾ ਦਿਓ, LMO ਲੈ ਕੇ ਮੈਂ ਕੈਨੇਡਾ ਜਾ ਕੇ ਉੱਥੇ ਵਰਕ ਪਰਮਿਟ ਲੈ ਕੇ ਦੋ ਪੈਸੇ ਕਮਾ ਸਕਦਾ। LMO ਦਾ ਸਿਸਟਮ ਤੁਹਾਨੂੰ ਪਤਾ ਹੀ ਹੈ, ਸਾਰੀ ਦੁਨੀਆਂ ਨੂੰ ਵੀ ਪਤਾ ਹੈ ਕਿ ਮਾਰਕੀਟ ਹੈ, ਲੋਕ ਪੈਸੇ ਚਾਰਜ ਕਰਦੇ ਆ, ਜਿਹੜੇ ਏਜੰਟ ਕੰਸਲਟੈਂਟ ਲੋਇਰਸ ਵੀ। ਸੋ ਆਓ ਅੱਜ ਇੱਕ ਐਕਸਪੀਰੀਅੰਸ ਸ਼ੇਅਰ ਕਰਦੇ ਹਾਂ ਤੁਹਾਡੇ ਨਾਲ। ਗੁਰਜੀਤ ਸਿੰਘ ਮੇਰੇ ਲਾਈਨ ਤੇ ਹੈ, ਉਹਨਾਂ ਨੇ ਵੀ ਇੱਕ LMO ਦਾ ਆਫਰ ਉਹਨਾਂ ਨੂੰ ਆਇਆ ਸੀ 2018 ਤੇ LMO ਉਹਨਾਂ ਨੂੰ ਮਿਲ ਗਿਆ ਤੇ ਵਰਕ ਪਰਮਿਟ ਮਿਲ ਗਿਆ। ਆਓ ਫਿਰ ਅੱਗੇ ਕੀ ਹੋਇਆ ਉਹਨਾਂ ਦੀ ਜਵਾਨੀ ਸੁਣਦੇ ਹਾਂ। ਗੁਰਜੀਤ ਸਿੰਘ, ਥੈਂਕ ਯੂ ਵੈਰੀ ਮਚ, ਸਤਿ ਸ਼੍ਰੀ ਅਕਾਲ। ਕਿਸ ਤਰ੍ਹਾਂ ਕਹਾਣੀ ਹੋਈ ਹੈ LMO, ਤੁਸੀਂ ਤੁਹਾਨੂੰ ਜੋਬ ਮਿਲ ਗਈ ਹੈ, ਜੋਬ ਆਫਰ ਮਿਲ ਗਿਆ, ਕਿਸ ਤਰ੍ਹਾਂ ਕਹਾਣੀ ਹੋਈ ਹੈ ਦੱਸੋ ਫਿਰ, ਕਿਵੇਂ ਹੋਇਆ ਫਿਰ? ਵੀਜ਼ਾ ਵੀ ਤੁਹਾਨੂੰ ਇਸ਼ੂ ਹੋ ਗਿਆ ਸੀ ਇੱਕ ਵਾਰ? ਹਾਂਜੀ ਸਰ, ਵੀਜ਼ਾ ਵੀ ਸਟੈਂਪਿੰਗ ਹੋ ਗਿਆ ਸੀਗਾ। ਅੱਛਾ, ਤੇ ਵੀਜ਼ਾ ਵੀਜ਼ਾ ਮਿਲਣ ਦੇ ਬਾਅਦ ਫਿਰ ਕੀ ਹੋਇਆ, ਕੈਨੇਡਾ ਪਹੁੰਚ ਨਹੀਂ ਸਕੇ? ਨਹੀਂ ਸਰ, ਕੈਨੇਡਾ ਨਹੀਂ ਮੈਂ ਪਹੁੰਚ ਸਕਿਆ। ਐਕਚੁਅਲੀ ਨਾ ਇਸ਼ੂ ਹੋਇਆ ਸੀ ਵੀਜ਼ਾ, ਜਦੋਂ ਉਹ ਆਪਸ ਵਿੱਚ ਨਾ ਜਿਹੜੇ ਏਜੰਟ ਸੀਗੇ ਉਹਨਾਂ ਦਾ ਕੋਈ ਪ੍ਰੋਬਲਮ ਆ ਗਈ ਸੀਗੀ ਜੀ। ਤੇ ਉਸ ਤੋਂ ਬਾਅਦ ਸਰ ਮੈਨੂੰ ਉਹਨਾਂ ਨੇ ਮੈਕਸੀਕੋ ਤੋਂ, ਇੰਡੀਆ ਤੋਂ ਮੈਕਸੀਕੋ ਦੀ ਟਿਕਟ ਕਰਵਾਈ ਸੀ, ਉੱਥੋਂ ਟੋਰਾਂਟੋ ਜਾਣਾ ਸੀਗਾ ਸਰ। ਤੇ ਮੈਨੂੰ ਮੈਕਸੀਕੋ ਤੋਂ ਬਾਅਦ ਉਹਨਾਂ ਨੇ ਜਾਣ ਨਹੀਂ ਦਿੱਤਾ ਟੋਰਾਂਟੋ ਨੂੰ ਸਰ, ਕਹਿ ਰਿਹਾ ਤੁਹਾਡਾ ਵੀਜ਼ਾ ਕੈਂਸਲ ਹੈਗਾ। ਇਹਦਾ ਮਤਲਬ ਕਿ ਇਮੀਗ੍ਰੇਸ਼ਨ ਨੂੰ ਜਿਹੜੇ ਜੋਬ ਆਫਰ LMO ਦੇ ਬਾਰੇ ਜੋ ਕੁਛ ਵੀ ਸੀਗਾ, ਜੋ ਅੰਦਰ ਖਾਤੇ ਜੋ ਵੀ ਕੁਛ ਹੋ ਰਿਹਾ ਸੀ ਉਹਨਾਂ ਨੂੰ ਸ਼ਾਇਦ ਪਤਾ ਲੱਗਿਆ। ਉਹਨਾਂ ਨੇ ਵਿੱਚ ਹੀ ਕੋਈ ਇਹਨਾਂ ਨੇ ਮੈਸੇਜ ਪਾ ਦਿੱਤਾ ਕਿ ਵੀ ਅਗਲੇ ਨੂੰ ਆਉਣ ਨਹੀਂ ਦਿਓ ਅੰਦਰ, ਤੇ ਵੀਜ਼ਾ ਤੁਹਾਡਾ ਕੈਂਸਲ ਕਰਾ ਲਿਆ। ਤੁਸੀਂ ਤੁਸੀਂ ਇਕੱਲੇ ਹੀ ਸੀ ਕਿ ਹੋਰ ਵੀ ਲੋਕ ਸੀ ਜਿਹੜੇ ਇਸ ਤਰ੍ਹਾਂ ਦੇ ਵੀਜ਼ਾ ਲੈ ਕੇ ਗਏ, ਉਹ ਵੀ ਉੱਥੋਂ ਵਿੱਚ ਰਾਹ 'ਚ ਮੁੜ ਆਏ? ਨਹੀਂ ਸਰ, ਇੱਥੋਂ ਮੈਂ ਇਕੱਲੇ ਹੀ ਸੀਗਾ। ਅੱਛਾ, ਤੁਹਾਨੂੰ ਫਿਰ ਖਬਰ ਮਿਲ ਗਈ ਹੋਣੀ ਕਿ ਹੋਰ ਵੀ ਲੋਕ ਹੋਣਗੇ, ਕਿ ਤੁਹਾਡੇ ਨਾਲ ਹੀ ਇਕੱਲਾ ਹੋਇਆ ਇਸ ਤਰ੍ਹਾਂ? ਨਹੀਂ, ਹੋਰ ਵੀ ਸੀਗੇ ਸਰ। ਅੱਛਾ ਅੱਛਾ, ਤੁਸੀਂ, ਮੈਂ ਤੁਹਾਨੂੰ ਪੁੱਛਣਾ ਕਿ ਅਗਰ ਜੇ ਤੁਹਾਡੀ ਮਰਜ਼ੀ ਹੈ ਦੱਸ ਸਕਦੇ ਹੋ ਕਿ ਕਿੰਨੇ ਪੈਸੇ ਲਏ ਉਹਨਾਂ ਨੇ ਜਿਹੜੀ ਜੋਬ, ਇਹ ਜੋਬ LMO ਇਹ ਦਵਾਉਣ ਲਈ ਕਿੰਨੇ ਪੈਸੇ ਲਏ ਆ ਕਰੀਬ ਕਰੀਬ ਮੋਟਾ ਮੋਟਾ? ਸਰ ਉਹਨਾਂ ਨੇ ਪਹਿਲਾਂ 5 ਲੱਖ ਰੁਪਇਆ ਲੈਣਾ ਸੀਗਾ, ਬਾਕੀ ਸਰ ਉਹਨਾਂ ਨੇ ਬਾਅਦ ਚ ਪੈਸੇ ਲੈਣੇ ਸੀਗੇ ਜਦੋਂ ਵੀਜ਼ਾ ਆ ਗਿਆ, ਆ ਜਾਣ ਆਉਣ ਤੋਂ ਬਾਅਦ। ਕਿੰਨੇ ਕਿੰਨੇ ਲੈਣੇ ਸੀ? 20 ਲੱਖ ਰੁਪਇਆ ਸਰ। ਅੱਛਾ, 25 ਲੱਖ ਦੀ ਡੀਲ ਹੈ ਸਰ? $40,000 ਡੀਲ ਹੋ ਗਈ। ਉਹੀ ਮੇਰਾ ਅੰਦਾਜ਼ ਠੀਕ ਨਿਕਲਿਆ, ਕਿਉਂਕਿ ਕਾਫੀ ਜਿਹੜੇ ਕੈਨੇਡੀਅਨ ਮਾਰਕੀਟ ਵਿੱਚ ਇਸ ਵਕਤ LMO ਵਿਕਦੇ ਆ, 40,000 ਵਟਐਵਰ ਪਲੱਸ ਮਾਈਨਸ 40,000 ਦਾ ਵਿਕਦਾ। ਲੇਕਿਨ ਫਿਰ ਤੁਸੀਂ ਉਹਨਾਂ ਨੂੰ ਜਦ ਤੁਸੀਂ ਮੁੜਕਰ ਆਏ ਇੰਡੀਆ, ਮਤਲਬ ਮੈਕਸੀਕੋ ਤੋਂ ਵਾਪਿਸ ਆ ਗਏ, ਤੇ ਉਹਨਾਂ ਨੂੰ ਤੁਸੀਂ ਏਜੰਟ ਨੂੰ ਪੁੱਛਿਆ ਨੀ ਕਿ ਵੀ ਤੁਸੀਂ ਇਹ ਹੋਇਆ ਕੀ ਹੈ, ਕਦ ਲਈ ਮਤਲਬ ਇਹ ਵੀਜ਼ਾ ਰਿਫਿਊਜ਼ ਹੋ ਗਿਆ, ਕਿਸ ਤਰ੍ਹਾਂ? ਉਹਨਾਂ ਨੇ ਤੁਸੀਂ ਕੋਈ ਪੜਤਾਲ ਨਹੀਂ ਕੀਤੀ ਫਿਰ ਆਪਣੀ? ਹਾਂਜੀ ਸਰ, ਉਹ ਇੱਦਾਂ ਜਦੋਂ ਜਿਹੜੇ ਇੰਡੀਆ ਸੀਗੇ ਜੀ, ਜਿਹੜੇ ਏਜੰਟ ਇੰਡੀਆ ਨਾਲ ਗੱਲ ਕਰੀ ਸੀਗੀ, ਉਹ ਕਹਿੰਦੇ ਵੀ ਜਿਹੜੇ ਵਾਰ ਇੱਕ ਵਾਰ ਵੀ ਸੀਗਾ ਏਜੰਟ, ਉਹ ਕਹਿੰਦੇ ਉਹਨਾਂ ਨੇ ਤੁਹਾਡਾ ਵੀਜ਼ਾ ਕੈਂਸਲ ਕਰਵਾ ਦਿੱਤਾ ਜੀ। ਜੀ ਜੀ, ਵੀਜ਼ਾ ਤਾਂ ਕੈਂਸਲ ਕਰਵਾ ਦਿੱਤਾ, ਲੇਕਿਨ ਕਾਰਨ ਕੀ ਬਣਿਆ? ਕਾਰਨ ਮਤਲਬ ਕਿ ਜਾਂ ਤਾਂ ਕੋਈ LMO ਵਿੱਚ ਪ੍ਰੋਬਲਮ ਹੋਏਗੀ, ਜਾਂ ਡਾਕੂਮੈਂਟੇਸ਼ਨ ਵਿੱਚ ਪ੍ਰੋਬਲਮ ਹੋਏਗੀ, ਜਾਂ ਕੋਈ ਨਕਲੀ ਕਾਗਜ਼ ਹੋਏਗਾ, ਜਾਂ ਜੋਬ ਅਸਲੀ ਨਹੀਂ ਹੋਏਗੀ, ਕੋਈ ਨਾ ਕੋਈ ਗਲਤੀ ਹੋਏਗੀ, ਕਿ ਬਈ ਰੀਜ਼ਨ ਕੀ ਦੱਸਿਆ ਉਹਨਾਂ ਨੇ ਕਾਹਦੇ ਲਈ ਵੀਜ਼ਾ ਰਿਫਿਊਜ਼ ਹੋ ਗਿਆ? ਨਹੀਂ ਸਰ, ਇੱਦਾਂ ਰੀਜ਼ਨ ਨਹੀਂ ਕੋਈ ਦੱਸਿਆ, ਉਹ ਕਹਿ ਰਹੇ ਕਿਉਂਕਿ ਉਹਨਾਂ ਦੀ ਆਪਸ ਵਿੱਚ ਨਾ ਜਿਹੜੇ ਕੁਛ ਇੰਡੀਆ ਏਜੰਟ ਸੀ ਜਾਂ ਕੁਛ ਕੈਨੇਡਾ ਸੀਗੇ, ਉਹਨਾਂ ਦੀ ਆਪਸ ਵਿੱਚ ਲੜਾਈ ਹੋਈ ਸੀਗੀ। ਆਪਸ 'ਚ ਲੜਾਈ ਹੋ ਗਈ ਤੇ ਤੁਸੀਂ ਮਾਰੇ ਗਏ ਹੈ। ਅੱਛਾ, ਫਿਰ ਇਹ ਤੇ ਵੀਜ਼ਾ ਰਿਫਿਊਜ਼ ਹੋਇਆ, ਇਹ ਤੇ ਵੀਜ਼ਾ ਰਿਫਿਊਜ਼ ਹੋ ਗਿਆ 2018 ਵਿੱਚ ਤੁਸੀਂ ਮੁੜ ਆਏ, 2018 ਨਾ? ਹਾਂਜੀ ਸਰ, 2018। ਤੇ ਇੰਬੈਸੀ ਤੋਂ ਕੋਈ ਲੈਟਰ ਆਇਆ ਉਹਦੇ ਬਾਅਦ ਕਿ ਨਹੀਂ ਆਇਆ ਲੈਟਰ? ਨਹੀਂ ਸਰ, ਇੰਬੈਸੀ ਤੋਂ ਲੈਟਰ ਮੈਨੂੰ ਨਹੀਂ ਆਇਆ, ਕਿਉਂਕਿ ਉਹਨਾਂ ਦੀ ਈਮੇਲ ਆਈਡੀ ਹੋਣੀ ਹੈ ਕਿ ਮੇਰਾ ਨਹੀਂ ਸੀਗਾ ਕੁਛ। ਅੱਛਾ, ਏਜੰਟਾਂ ਦੀ ਆਪਣੀ ਈਮੇਲ ਆਈਡੀ ਹੋਏਗੀ, ਆਪਣਾ ਅਕਾਊਂਟ ਹੋਏਗਾ, ਤੇ ਉਹਨਾਂ ਨੇ ਮੁੜ ਕੇ ਅਗਰ ਜੇ ਕੋਈ ਲੈਟਰ ਆਇਆ ਵੀ ਤੇ ਅੱਗੇ ਤੁਹਾਨੂੰ ਉਹਨਾਂ ਨੇ ਪਾਸ ਨਹੀਂ ਕੀਤਾ। ਲੇਕਿਨ ਤੁਸੀਂ ਫਿਰ ਤੁਹਾਡੇ ਜਿਹੜੇ ਵਾਈਫ ਆਲਰੇਡੀ ਪਹੁੰਚੇ ਹੋਏ ਹੈ ਕੈਨੇਡਾ, ਤੇ ਜਦ ਉਹਨਾਂ ਨੇ ਤੁਹਾਨੂੰ ਸਪੋਂਸਰ ਕੀਤਾ ਤੇ ਫਿਰ ਉਹਦੇ ਵਿੱਚ ਨਿਕਲ, ਬਾਅਦ ਚ ਪਤਾ ਲੱਗਿਆ ਕਿ ਤੁਹਾਡੇ ਤੇ ਉਹਨਾਂ ਨੇ ਬੈਨ ਲਾਇਆ ਹੋਇਆ, ਜਿਹੜੇ ਏਜੰਟਾਂ ਨੇ ਪਹਿਲੇ ਜਿਹੜੇ ਏਜੰਟਾਂ ਨੇ ਤੁਹਾਨੂੰ ਦੱਸਿਆ ਵੀ ਨਹੀਂ, ਕਰੈਕਟ? ਹਾਂਜੀ,
मैं ਤੁਹਾਡੇ ਨਾਲ ਇਸ ਕਰਕੇ ਗੱਲ ਮੈਂ ਕਰਨੀ ਸੀ ਤੁਹਾਡੇ ਨਾਲ ਕਿ ਤੁਹਾਡੇ ਰਾਹੀਂ ਮੈਂ ਲੋਕਾਂ ਨੂੰ ਦੱਸਣਾ ਚਾਹੁੰਦਾ ਸੀ ਕਿ ਵੀ ਜਿਹੜੇ ਲੋਕ ਇਹ ਸੁਪਨਾ ਲੈ ਕੇ ਮੇਰੇ ਕੋਲ ਆ ਰਹੇ ਹੈ ਜਾਂ ਕਿਸੇ ਹੋਰ ਕੰਸਲਟੈਂਟ ਲਾਇਰ ਕੋਲ ਜਾ ਕੇ ਕਹਿੰਦੇ ਕਿ ਭਾਜੀ ਸਾਨੂੰ ਕੋਈ ਜੋਬ ਆਫਰ ਦਵਾ ਦਿਓ, LMI ਅਸੀਂ ਕਰ ਦਿਆਂਗੇ, ਪੈਸੇ ਦੇ ਦਿਆਂਗੇ, ਕੁਛ ਕਰ ਦਿਆਂਗੇ, ਜਾਂ ਤੇ ਟੂਰਿਸਟ ਵੀਜ਼ਾ ਲੈ ਕੇ ਪਹੁੰਚ ਕੇ ਇੱਥੇ LMI ਨੂੰ ਲੈ ਕੇ ਕਨਵਰਟ ਕਰ ਲਾਂਗੇ। ਉਹਨਾਂ ਨੂੰ ਮੈਂ ਇਹ ਦੱਸਣਾ ਚਾਹੁੰਦਾ ਕਿ ਵੀ ਇਹ LMI ਇਹਦੇ ਬਾਰੇ ਮੈਂ ਕਈ ਵੀਡੀਓਜ਼ ਵੀ ਪਹਿਲਾਂ ਬਣਾਈ ਹੈ ਲੇਕਿਨ ਲੋਕ ਹਟਦੇ ਨੇ। LMIA ਇੱਕ ਸਰਕਾਰੀ ਇੱਕ ਸਿਸਟਮ ਹੈ ਜਿਹਦੇ ਥਰੂ ਸਰਕਾਰ ਇਹ ਡਿਸਾਈਡ ਕਰਦੀ ਹੈ ਕਿ ਵੀ ਫਲਾਨਾ ਜੋਬ ਤੁਹਾਡਾ ਕਦੋਂ ਸੀ ਵੈਸੇ, ਜੋਬ ਕਿਸੇ ਦਾ ਜੋਬ ਤੁਸੀਂ ਮਤਲਬ ਆਫਰ ਕੀਤੀ ਜੋਬ? एग्रीकल्चर ओके। सो कोई भी जॉब है जिवें एग्रीकल्चर जॉब है, पैकिंग जॉब है, कोई हार्वेस्टिंग जॉब है, इवन ड्राइविंग जॉब है, कोई भी जॉब है, कोई भी जॉब नू पहला एक अर्जी देनी हुंदी है सर्विस कैनेडा नू। सर्विस कैनेडा एक गवर्नमेंट का महकमा है, कैनेडियन गवर्नमेंट का। वह फिर पहला डिसाइड करता है कि आ जरा जॉब है जिन्हें अर्जी दी है जरा इंप्लॉयर है वह जॉब असली है या नकली है। नंबर वन असली मतलब कि वाकई शॉर्टेज है ਲੋਕਾਂ ਦੀ, ਤੇ ਡਿਪੈਂਡਿੰਗ ਔਨ ਕਿ ਇੰਪਲੋਇਰ ਦੇ ਕੋਲ ਕੀ ਹੈ, ਉਹਨਾਂ ਦੀ ਪੇਰੋਲ, ਉਹਨਾਂ ਦੇ ਪੈਸੇ, ਤਨਖਾਹ ਦੇਣ ਲਈ ਕੁਛ, ਉਹਨਾਂ ਕੋਲ ਜੋ ਵੀ ਕੋਈ ਇੰਤਜ਼ਾਮ ਹੈ, ਪੁਰਾਣੀ ਕੋਈ ਕੰਪਲੇਂਟ ਵਗੈਰਾ ਤਾਂ ਨਹੀਂ ਹੈ। ਸੋ ਜੋਬ ਨੂੰ ਜਦ ਉਹ ਪ੍ਰੋਪਰ ਇੰਡੋਰਸ ਕਰਦੇ ਹੈ ਕਿ ਵੀ ਹਾਂ ਵਾਕਈ ਹੀ ਰੀਅਲ ਸ਼ੋਰਟੇਜ ਹੈ, ਤੇ ਉਹ ਫਿਰ ਅੱਗੇ ਹੁਣ ਇੰਪਲੋਇਰ ਨੂੰ ਕਹਿੰਦੇ ਹਾਂ ਵੀ ਤੁਹਾਡੇ ਜੀ ਅਸੀਂ ਜੀ ਚਾਰ ਨੌਕਰੀਆਂ ਮਨਜ਼ੂਰ ਕੀਤੀਆਂ, ਤਿੰਨ ਜਾਂ ਚਾਰ ਜੋ ਜਿੰਨੇ ਵੀ ਤੁਸੀਂ ਮੰਗਦੇ ਹੋ, ਠੀਕ ਹੈ ਅਸੀਂ ਤੁਹਾਨੂੰ ਅਪਰੂਵ ਕਰਤਾ। ਓਕੇ, ਉਸ LMI ਨੂੰ ਲੈ ਕਰ ਇਹ ਵੀ ਕੋਈ ਜ਼ਰੂਰੀ ਨਹੀਂ ਹੈ ਕਿ ਜੋਬ ਅਸਲੀ ਹੈ। ਕਈ ਲੋਕਾਂ ਨੇ ਇਸ ਤਰ੍ਹਾਂ ਦਾ ਬਿਜ਼ਨਸ ਬਣਾਇਆ ਹੈ ਕਿ ਬਈ LMO ਕਰਵਾ ਕੇ ਲੋਕਾਂ ਨੂੰ ਮੰਗਾ ਲਿਓ, ਭਾਵੇਂ ਆਪਣੇ ਰਿਸ਼ਤੇਦਾਰ ਨੂੰ ਜਾਂ ਕਿਸੇ ਨੇ ਪੈਸੇ ਦਿੱਤੇ ਉਹਨਾਂ ਨੂੰ ਮੰਗਵਾ ਲਿਓ, ਆ ਕੇ ਉਹਨਾਂ ਨੂੰ ਫਿਰ ਛੱਡ ਦਿਓ ਕਿਉਂਕਿ ਨੌਕਰੀ ਤਾਂ ਹੈ ਨਹੀਂ ਹੈ। ਉਹ ਇਹ ਸਾਰਾ ਪਰਪੰਚ ਰਚਾਇਆ ਅਸੀਂ ਮੰਗਾਉਣ ਲਈ, ਜਿਵੇਂ ਕਿ ਵੀਜ਼ਾ ਮਿਲ ਕੇ ਬੰਦਾ ਇੱਥੇ ਵੈਨਕੂਵਰ ਆ ਜਾਏ, ਉਹਦੇ ਬਾਅਦ ਫਿਰ ਉਹਨੇ ਕਰਨਾ ਨਹੀਂ ਕਰਨਾ, ਇੱਕ ਵਾਰ ਕੈਨੇਡਾ ਪਹੁੰਚ ਗਿਆ ਜੋ ਮਰਜ਼ੀ ਕਰਨਾ ਹੈ ਉਹ ਕਰੇ। ਸੋ ਇਹ ਸਾਰਾ ਨਕਲੀ ਡਰਾਮਾ ਚੱਲਦਾ ਹੈ ਕਿ ਵਾਕਈ ਸਾਨੂੰ ਵਰਕਰ ਦੀ ਲੋੜ ਹੈ, ਵਰਕਰ ਦੀ ਲੋੜ ਹੁੰਦੀ ਨਹੀਂ ਹੈ। ਇਹ ਮੰਗਾਉਣ ਦਾ ਤਰੀਕਾ ਜਿਵੇਂ ਤੁਸੀਂ ਕਿਹਾ ਕਿ $40,000, $50,000 ਜੋ ਵੀ ਕੁਛ ਹੈ। ਸੋ ਇਸ ਕਰਕੇ ਪਹਿਲੀ ਗੱਲ ਤੇ ਇੱਥੇ ਇੱਕ ਨੁਕਸਾਨ ਹੈ ਲੋਕਾਂ ਨੂੰ ਕਿ ਵੀ ਅਗਰ ਤੁਸੀਂ ਕਿਸੇ ਨੂੰ ਵੀ ਪੈਸਾ ਦੇ ਰਹੇ ਹੋ, ਇਹ ਜ਼ਰੂਰੀ ਨਹੀਂ ਹੈ ਕਿ ਵੀ LMO ਮਿਲ ਗਿਆ ਤੇ ਵਰਕ ਵੀਜ਼ਾ ਮਿਲ ਜਾਏਗਾ। ਵਰਕ ਵੀਜ਼ਾ ਮਤਲਬ ਵੀਜ਼ਾ ਆਫਿਸਰ ਮਸਟ ਬੀ ਆਲਸੋ ਸੈਟਿਸਫਾਈਡ, ਜੇ ਉੱਥੋਂ ਲੰਘ ਗਿਆ ਉਹਦੇ ਬਾਅਦ ਵਰਕ ਵੀਜ਼ਾ ਮਿਲਣ ਦੇ ਬਾਅਦ ਵੀ ਤੁਸੀਂ ਕੈਨੇਡਾ ਏਅਰਪੋਰਟ ਪਹੁੰਚ ਜਾਓਗੇ, ਇਹਦੀ ਵੀ ਕੋਈ ਗਾਰੰਟੀ ਨਹੀਂ ਹੈ। ਜੇ ਕੈਨੇਡਾ ਏਅਰਪੋਰਟ ਪਹੁੰਚ ਵੀ ਗਏ ਉਹਦੇ ਬਾਅਦ ਤੁਹਾਡੇ ਕੋਲ ਉਹ ਜੋਬ ਹੈ ਕਿ ਨਹੀਂ ਹੈ, ਜੋਬ ਤੁਸੀਂ ਕਰੋਗੇ ਨਹੀਂ ਕਰੋਗੇ, ਜਾਂ ਕਰਨ ਦੇ ਬਾਅਦ ਤੁਹਾਨੂੰ ਨੌਕਰੀ ਮਿਲੇਗੀ ਜਾਂ ਪੈਸਾ ਜਿਹੜਾ ਤੁਹਾਡੇ ਤਨਖਾਹ ਮਿਲੇਗੀ ਨਹੀਂ ਮਿਲੇਗੀ, ਇਹ ਵੀ ਕੋਈ ਗਾਰੰਟੀ ਨਹੀਂ ਹੈ। ਸੋ ਇਸ ਕਰਕੇ ਕਈ ਸਟੇਜਾਂ ਤੇ ਰਿਸਕ ਹੀ ਰਿਸਕ ਹੈ। ਪਹਿਲਾਂ ਤੇ LMI ਲਈ ਪੈਸਾ, ਫਿਰ ਉਹਦੇ ਬਾਅਦ ਫਿਰ ਵੀਜ਼ਾ ਮਿਲੇ ਨਾ ਮਿਲੇ ਉੱਧਰ ਰਿਸਕ ਹੈ, ਫਿਰ ਤੀਸਰਾ ਹੈ ਕਿ ਵੀ ਏਅਰਪੋਰਟ ਪਹੁੰਚੇ ਤਾਂ ਰਿਸਕ ਹੈ, ਏਅਰਪੋਰਟ ਤੋਂ ਹੀ ਵਾਪਸ ਹੋ ਸਕਦੇ, ਤੁਸੀਂ ਤੇ ਏਅਰਪੋਰਟ ਪਹੁੰਚੇ ਹੀ ਨਹੀਂ ਐਕਚੁਅਲੀ, ਵਿਚਾਲੇ ਵਾਪਸ ਆ ਗਏ। ਅਗਰ ਜੇ ਕੋਈ ਇਨਸਾਨ, ਕੋਈ ਵਰਕਰ ਕੋਈ ਪਹੁੰਚ ਵੀ ਗਿਆ, ਪਹੁੰਚਣ ਦੇ ਬਾਅਦ ਉਹ ਨੌਕਰੀ ਤੇ ਹੋਣੀ ਨਹੀਂ ਹੈ, ਇੱਕ ਅੱਧ ਮਹੀਨੇ ਦੀ ਤਨਖਾਹ ਦੇ ਕੇ ਉਹਨਾਂ ਨੇ ਕਹਿਣਾ ਭਾਜੀ ਤੁਸੀਂ ਆਰਾਮ ਕਰੋ ਸਾਡੇ ਕੋਲ ਜੋਬ ਨਹੀਂ ਹੈ, ਜੇ ਅਗਰ ਜੋਬ ਤੁਸੀਂ ਵਿਖਾਣੀ ਹੈ ਤੇ ਸਾਨੂੰ ਪੈਸੇ ਦਿਓ, ਮੁੜ ਕੇ ਅਸੀਂ ਉਹਨਾਂ ਨੂੰ ਸੈਲਰੀ ਟਾਈਪ ਅਸੀਂ ਘੁਮਾ ਕੇ ਤੁਹਾਨੂੰ ਦੇ ਦਿਆਂਗੇ, ਉੱਥੇ ਵੀ ਨੁਕਸਾਨ ਹੈ। ਸੋ ਹਰੇਕ ਪੜਾਵ ਤੇ ਨੁਕਸਾਨ ਹੀ ਨੁਕਸਾਨ ਹੈ। ਇਸ ਕਰਕੇ LMI ਦਾ ਬਿਜ਼ਨਸ ਹੈ ਨਾ, ਇਹ ਬਿਜ਼ਨਸ ਠੀਕ ਨਹੀਂ ਹੈ, ਇਹ ਜਾਲੀ ਕੰਮ ਹੈ। ਇਸ ਕਰਕੇ ਇਹਨਾਂ ਤੋਂ ਸਾਨੂੰ ਬਚਣਾ ਚਾਹੀਦਾ ਹੈ, ਦੂਰੋਂ ਹੀ ਨਮਸਕਾਰ ਕਰੋ ਤਾਂ ਹੀ ਠੀਕ ਹੈ। ਅਨਲੈਸ ਐਂਡ ਅੰਟਿਲ ਕੋਈ ਵਾਕਈ ਜੈਨੂਅਨ ਇੰਪਲੋਇਰ ਹੈ ਜਿਹਦੇ ਨਾਲ ਤੁਹਾਡੀ ਸਿੱਧੇ ਗੱਲਬਾਤ ਚੱਲ ਰਹੀ ਹੈ, ਮਤਲਬ ਕੋਈ ਵਿਚਾਲੇ ਕੋਈ ਏਜੰਟ ਜਾਂ ਕੋਈ ਦਲਾਲ ਨਹੀਂ ਹੈ। ਅਗਰ ਕੋਈ ਇੰਪਲੋਇਰ ਤੁਹਾਨੂੰ ਡਾਇਰੈਕਟਲੀ ਹਾਇਰ ਕਰਦਾ, ਕਈ ਲੋਕ ਕਰਦੇ ਆ ਹਾਇਰ, ਜਿਸ ਤਰ੍ਹਾਂ ਕੋਈ ਆਫਿਸ ਜੋਬ ਹੈ, ਈਵਨ ਟਰੱਕ ਡਰਾਈਵਰਸ ਹੈ ਕਰਦੇ ਹੈ, ਅਗਰ ਤੁਹਾਡੀ ਕੋਈ ਡਾਇਰੈਕਟਲੀ ਗੱਲਬਾਤ ਚੱਲ ਰਹੀ ਹੈ, ਜਿਹਨਾਂ ਨੂੰ ਤੁਹਾਡੇ ਤੇ ਭਰੋਸਾ ਹੈ। ਅੱਛਾ, ਤੀਸਰਾ ਹੈ ਜਿਹੜੇ ਪੈਸੇ ਨਹੀਂ ਮੰਗ ਰਹੇ ਹੈ LMI ਲਈ, ਜਿਹੜਾ ਇਨਸਾਨ ਪੈਸੇ ਮੰਗ ਰਿਹਾ ਨਾ LMI ਲਈ, ਲਾਈਕ ਯੂ ਸੈਡ $40,000 ਪਲੱਸ, ਉਹ ਡੈਫੀਨੇਟਲੀ ਮੰਨ ਕੇ ਚੱਲੋ ਉਹ ਆਪਣਾ ਉਹਨੇ LMI ਨੂੰ ਵਪਾਰ ਬਣਾਇਆ, ਬਾਕੀ ਉਹਦਾ ਵਪਾਰ ਕੁਝ ਹੈ ਨਹੀਂ ਹੈ, ਉਹਨਾਂ ਨੇ LMI ਤੋਂ ਵਪਾਰ ਕਰਕੇ ਤੁਹਾਡੇ ਤੋਂ ਪੈਸੇ ਕਰਨੇ ਹੈ। ਸੋ ਇਸ ਕਰਕੇ ਮਤਲਬ ਕਿ ਤੁਹਾਡੇ ਨਾਲ ਜੋ ਐਕਸਪੀਰੀਅੰਸ ਹੋਇਆ ਉਹ ਮੈਂ ਲੋਕਾਂ ਨੂੰ ਸ਼ੇਅਰ ਕਰਕੇ ਦੱਸਣਾ ਚਾਹੁੰਦਾ ਸੀ ਕਿ ਵੀ ਤੁਸੀਂ ਥੋੜ੍ਹਾ ਧਿਆਨ ਕਰੋ, ਨਾ ਕੇਵਲ ਕਿ ਤੁਹਾਡਾ ਵੀਜ਼ਾ ਰਿਫਿਊਜ਼ ਹੋ ਗਿਆ, ਜਦੋਂ ਵੀਜ਼ਾ ਦੇ ਬਾਅਦ ਤੁਸੀਂ ਮੁੜ ਕੇ ਆ ਗਏ, ਵੀਜ਼ਾ ਵੀ ਕੈਂਸਲ ਹੋ ਗਿਆ, 5 ਸਾਲ ਦਾ ਉਹਨਾਂ ਨੇ ਬੈਨ ਵੀ ਲਾਤਾ। ਹੁਣ 5 ਸਾਲ ਦਾ ਬੈਨ ਜਿਹੜੇ ਐਮਬੈਸੀ ਨੇ ਲਾਇਆ, ਇਹਦਾ ਮਤਲਬ ਜ਼ਰੂਰ ਹੈ ਕਿ ਕੋਈ ਨਾ ਕੋਈ ਫਰੋਡ ਡਾਕੂਮੈਂਟ ਜਾਂ ਕੰਸਲਟੈਂਟ ਜਿਹਨਾਂ ਦੇ ਥਰੂ ਇਹ LMI ਪਾਸ ਹੈ, ਉਹਨਾਂ ਦੇ ਅਗੇਂਸਟ ਕੋਈ ਕੰਪਲੇਨ, ਕੋਈ ਇਮੀਗ੍ਰੇਸ਼ਨ ਵਾਇਲੇਸ਼ਨ ਜ਼ਰੂਰ ਹੈ, ਜਿਹਦਾ ਨੁਕਸਾਨ ਤੁਹਾਡੇ ਸਿਰ 'ਤੇ ਆ ਗਿਆ।
5 साल ही उन्होंने बैन करता, मतलब फेक जॉब या व्हाटएवर जो भी कुछ है करके, हुण तुसी 5 इयर्स ले तुसी बन गए बस। सो ये मैं कह रहा सी, लोगों को दसना सी कि भी इस तरह काम ना करिए आप, मतलब कि इहदे नाल नुकसान से तुहाडा की ख्याल है तुसी, अगर जे तुहानू ये सारा पता पहला सीगा या कि बाद च पता लग गया सारा, या जे पता हुंदा तुसी ये काम करदे? ਨਹੀਂ ਸਰ, ਇਹਦੇ ਬਾਰੇ ਜੇ ਪਤਾ ਹੁੰਦਾ ਫਿਰ ਤਾਂ ਆਪਾਂ ਕਾਹਨੂੰ ਕਰਦੇ? ਜੀ ਜੀ ਐਕਚੁਅਲੀ ਨਾ ਸਰ, ਹਾਂ ਬੋਲੋ, ਇੱਦਾਂ ਹੀ ਗਏ ਹੋਏ ਸੀਗੇ। ਮੈਂ ਆਵਾਜ਼ ਤੁਹਾਡੀ ਆਈ ਨਹੀਂ, ਦੁਬਾਰਾ ਬੋਲਣਾ ਸਰ? ਆਵਾਜ਼ ਨਹੀਂ ਆਈ ਦੁਬਾਰਾ ਉਹਨੂੰ? ਨਹੀਂ ਸਰ, ਮੈਨੂੰ ਇਹਦੇ ਬਾਰੇ ਪਹਿਲਾਂ ਨਹੀਂ ਸੀ ਪਤਾ, ਉਹ ਕਹਿੰਦੇ ਜੈਨੂਅਨ ਕੰਮ ਆ, ਉਦਾਂ ਕਹਿ ਰਹੇ ਸਰ ਕੁਛ। ਜੀ 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 ਜੀ, ਜੈਨੂਅਨ ਜੈਨੂਅਨ ਕੰਮ ਹੈ ਤੇ ਜੈਨੂਅਨ ਕੰਮ ਦਾ ਜਿਹੜਾ ਤੁਸੀਂ ਸਿੱਟਾ ਦੇਖ ਲਿਆ ਕਿ ਕੀ ਨਿਕਲਿਆ, ਵੀ ਕੀ ਪਤਾ ਲੱਗਿਆ ਬਾਅਦ ਚ ਵੀ ਇਹ ਸਾਰਾ ਕੰਮ ਸ਼ੁਰੂ ਹੋ ਗਿਆ। ਮੈਨੂੰ ਤਾਂ ਐਕਚੁਅਲੀ ਗੁੱਸਾ ਇਸ ਚੀਜ਼ ਦਾ ਹੈ ਕਿ ਜਿਹੜੇ ਕੰਮ, ਮੈਂ ਕਿਸੇ ਦਾ ਨਾਮ ਨਹੀਂ ਲੈਣਾ, ਐਕਚੁਅਲੀ ਨਾਮ ਮੈਂ ਲੈ ਸਕਦਾ ਪਰ ਚਲੋ ਅਗਲੇ ਦੀ ਬਦਨਾਮੀ ਨਾ ਹੋ, ਜਿਹੜੇ ਕੰਸਲਟੈਂਟ ਨੇ ਆਹ ਕੰਮ ਕੀਤਾ ਉਹ ਲਾਇਸੈਂਸ ਸ਼ੁਦਾ ਕੰਸਲਟੈਂਟ, ICCRC ਏਜੰਟ ਜਿਹਨਾਂ ਕੋਲ ਲਾਇਸੈਂਸ ਹੈ ਇਹ ਕੰਮ ਕਰਦਾ, ਉਹਨਾਂ ਦੇ ਥਰੂ ਇਹ ਕੰਮ ਹੋਇਆ। ਤੇ ਆਪਸ ਚ ਉਹਨਾਂ ਦੇ ਜੋ ਸਬ ਏਜੰਟ ਨਾਲ ਜੋ ਵੀ ਕੋਈ ਮਤਭੇਦ ਹੋਏ ਜਾਂ ਕੋਈ ਡਿਫਰੈਂਸ ਹੋਏ, ਜਿਸ ਤਰ੍ਹਾਂ ਵੀ ਹੋਏ, ਉਹਨਾਂ ਨੇ ਤੁਹਾਡੇ ਬਾਰੇ ਨਹੀਂ ਸੋਚਿਆ, ਉਹ ਆਪਸ ਚ ਉਹਨਾਂ ਨੇ ਕੰਮ ਆਪਣਾ ਖਰਾਬ ਕਰ ਲਿਆ, ਸਾਰੇ ਦਾ ਖਰਾਬ ਕਰ ਲਿਆ। ਇੱਕ ਤੇ ਇਸ ਚੀਜ਼ ਦਾ ਗੁੱਸਾ ਹੈ, ਦੂਸਰਾ ਹੈ ਕਿ ਵੀ ਜਦ ਵੀ ਕੋਈ ਅੰਬੈਸੀ ਤੁਹਾਨੂੰ ਇੱਕ ਮਿਸਰਪ ਲਈ ਬੈਨ ਕਰਦੀ ਹੈ, ਸੋਚਦੀ ਹੈ, ਤੁਹਾਨੂੰ ਇੱਕ ਲੈਟਰ ਤੁਹਾਨੂੰ ਉਹ ਭੇਜਦੀ ਹੈ ਐਟਲੀਸਟ 1 ਮਹੀਨੇ 2 ਮਹੀਨੇ ਪਹਿਲਾਂ ਕਿ ਵੀ ਅਸੀਂ ਤੁਹਾਨੂੰ ਬੈਨ ਕਰਨ ਲੱਗੇ, ਤੁਸੀਂ ਆਪਣੀ ਸਫਾਈ ਵਿੱਚ ਅਗਰ ਜੇ ਕੁਛ ਕਹਿਣਾ ਹੈ ਤੇ ਆਪਣੀ ਸਫਾਈ ਦੇ ਦਿਓ, ਨਹੀਂ ਤੇ ਅਸੀਂ ਤੁਹਾਨੂੰ ਬੈਨ ਕਰ ਦਾਂਗੇ 5 ਇਅਰਸ। ਆਹ ਜਿਹੜਾ ਲੈਟਰ ਹੈ ਉਹ ਲੈਟਰ ਉਹਨਾਂ ਕੋਲ ਆਇਆ ਹੋਏਗਾ, ਕੰਸਲਟੈਂਟ ਕੋਲ ਆਇਆ ਹੋਗਾ, ਜਿਹਨਾਂ ਨੇ ਈਮੇਲ ਆਈਡੀ ਯੂਜ਼ ਕੀਤੀ ਹੈ। ਉਸ ਕੰਸਲਟੈਂਟ ਨੇ ਮਤਲਬ ਕਿ ਤੁਹਾਡੇ ਬਾਰੇ ਫਿਕਰ ਨਾ ਕਰਦੇ ਹੋਏ ਉਸ ਲੈਟਰ ਨੂੰ ਜਾਂ ਤੇ ਡਿਲੀਟ ਕਰਤਾ ਜਾਂ ਤੇ ਇਗਨੋਰ ਕਰਤਾ ਹੈ, ਤੁਹਾਨੂੰ ਦੱਸਿਆ ਨਹੀਂ ਕਿ ਵੀ ਆਹ ਵੀ ਲੈਟਰ ਆਏ ਆ। ਜੇ ਉਸ ਵਕਤ, ਮੈਨੂੰ 100% ਯਕੀਨ ਹੈ ਕਿ ਜੇ ਉਸ ਵਕਤ ਤੁਸੀਂ ਆਪਣਾ ਐਕਸਪਲੇਨੇਸ਼ਨ ਦੇ ਦਿੰਦੇ ਕਿ ਵੀ ਮੈਂ ਤੇ ਆਪ ਵਿਕਟਿਮ ਹੈ, ਫਰੋਡ ਦਾ ਮੇਰੇ ਨਾਲ ਹੋਇਆ ਹੈ, ਤਾਂ ਤੁਹਾਨੂੰ ਅੱਜ ਬੈਨ ਨਹੀਂ ਲੱਗਣਾ ਸੀ। ਕਿਉਂਕਿ ਨਾ ਉਸ, ਕਿਉਂਕਿ ਲੈਟਰ ਦੀ ਮਿਆਦ ਹੁੰਦੀ ਹੈ 30 ਡੇਜ਼, 30 ਡੇਜ਼ ਤੱਕ ਤੁਸੀਂ ਅਗਰ ਜਵਾਬ ਦੇ ਦਿੱਤਾ ਠੀਕ ਹੈ, ਅਦਰਵਾਈਜ਼ ਦੇ ਵਿਲ ਅਸਿਊਮ ਕਿ ਵੀ ਇਹ ਫਰੋਡ ਹੈ। ਸੋ ਉਹ ਇਹ ਹੈ ਸੈਕਿੰਡ ਰੀਜ਼ਨ ਜਿਹੜਾ ਮੈਨੂੰ ਗੁੱਸਾ ਹੈ ਕਿ ਵੀ ਇਹਨਾਂ ਨੇ ਤੁਹਾਡੇ ਨਾਲ ਇਹ ਗਲਤ ਕੀਤਾ। ਸੋ ਆਹ ਚੀਜ਼ ਹੈ ਬਸ, ਬਾਕੀ ਤੇ ਚਲੋ ਹੁਣ ਬੈਨ ਤੇ ਤੁਸੀਂ ਭੁਗਤਾਨਾ ਹੀ, ਬੈਨ ਤੇ ਚਲੇਗਾ, ਹੁਣ 2 ਸਾਲ ਹੋਰ ਬੈਨ ਰਹਿ ਗਏ। ਅੱਛਾ, ਇੱਕ ਚੀਜ਼ ਹੋਰ ਹੈ ਕਿ ਤੁਹਾਡੇ ਵਾਈਫ ਬੈਠੇ ਆ ਇਸ ਵਕਤ ਕੈਨੇਡਾ, ਉਹਨਾਂ ਨੂੰ ਵੀ ਕਈ ਲੋਕ ਗਲਤ ਸਲਾਹ ਦੇ ਰਹੇ ਕਿ ਵੀ ਬੈਨ ਤੁਹਾਡੇ ਤੇ ਲੱਗਿਆ ਹੋਇਆ ਤੇ ਵਾਈਫ ਨੂੰ ਵੀ ਕੁਛ, ਵਾਈਫ ਦੇ ਸਿਰ ਤੇ ਵੀ ਕੋਈ ਪੈਨਲਟੀ ਆ ਜਾਏਗੀ। ਸਰ ਇਹ ਤਾਂ ਵੀ ਕੋਈ ਗਲਤ ਚੀਜ਼ ਹੈ ਨਾ ਜਿਹੜਾ ਤੁਹਾਨੂੰ ਦੱਸਿਆ? ਇਦਾਂ ਕਹਿ ਰਹੇ ਨੇ ਵੀ ਤੁਹਾਨੂੰ ਵੀ PR ਨਹੀਂ ਮਿਲਣੀ ਹੈਗੀ, ਤੁਸੀਂ ਡਿਵੋਰਸ ਦੇ ਦਿਓ। ਨਹੀਂ, ਇਸ ਤਰ੍ਹਾਂ ਦੀ, ਮੈਂ ਉਹ ਵੀ ਖੁਲਾਸਾ ਕਰਦੇ ਹਾਂ, ਜਿਹੜਾ ਮਿਸਰਪ ਹੈ ਨਾ, ਮਿਸਰੈਪ੍ਰੈਜੈਂਟੇਸ਼ਨ ਇੱਕ ਹੈ ਤੇ ਵਾਇਲੇਸ਼ਨ, ਲੇਕਿਨ ਇੱਕ ਕ੍ਰਿਮੀਨਲ ਓਫੈਂਸ ਨਹੀਂ ਹੈ, ਠੀਕ ਹੈ? ਇੱਕ ਸੈਕਸ਼ਨ ਦਾ ਹੁੰਦਾ ਐਕਚੁਅਲੀ, ਸੈਕਸ਼ਨ 36A(b) ਤੋਂ ਇਹ ਅਸੀਂ ਦੇਖਦੇ ਹਾਂ ਕਿ ਵੀ ਇਸ ਓਫੈਂਸ ਦੀ ਮਤਲਬ ਕਿੰਨੀ ਕੁ ਹੈ, ਮਤਲਬ ਕਿੰਨੀ ਕਿਸ ਲੈਵਲ ਦਾ ਓਫੈਂਸ ਹੈ। ਸੋ ਮਿਸਰੈਪ੍ਰੈਜੈਂਟੇਸ਼ਨ ਇਸ ਤਰ੍ਹਾਂ ਦਾ ਓਫੈਂਸ ਨਹੀਂ ਹੈ ਜਿਹਦੇ ਥਰੂ ਮਤਲਬ ਕਿ ਮਿਸਰੈਪ੍ਰੈਜੈਂਟੇਸ਼ਨ ਹਸਬੈਂਡ ਤੇ ਲੱਗਿਆ ਤੇ ਵਾਈਫ ਜਿਹੜੀ ਕੈਨੇਡਾ ਬੈਠੀ ਉਹਨਾਂ ਨੂੰ ਵੀ ਕੋਈ ਉਹਨਾਂ ਦਾ ਕੈਂਸਲ ਹੋ ਜਾਏਗਾ, ਉਹਨਾਂ ਨੂੰ ਇੰਡੀਆ ਭੇਜਤਾ ਜਾਏਗਾ ਜਾਂ ਇੰਡੀਆ ਆ ਗਏ ਤੇ ਦੁਬਾਰਾ ਨਹੀਂ ਜਾ ਸਕਦੇ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਣੀ। ਸੋ ਜਿਹੜੇ ਲੋਕ ਉਹਨਾਂ ਨੂੰ ਗਲਤ ਸਲਾਹ ਦੇ ਰਹੇ ਕਿ ਤੁਸੀਂ ਡਿਵੋਰਸ ਕਰ ਲਓ, ਫਲਾਣਾ ਕਰ ਲਓ, ਉਹਨਾਂ ਨੂੰ ਨੌਲੇਜ ਨਹੀਂ ਹੈ ਲਾਅ ਦੀ, ਉਹ ਗਲਤ ਸਲਾਹ ਦੇ ਕੇ ਤੁਹਾਨੂੰ ਬਹੁਤ ਗੁੰਮਰਾਹ ਕਰ ਰਹੇ ਹੈ। ਸੋ ਇਸ ਤਰ੍ਹਾਂ ਦੀ ਕੋਈ ਚੱਕਰ ਨਹੀਂ ਹੋਣਾ, ਤੁਹਾਡੇ ਵਾਈਫ ਆਉਂਦੇ ਹੋਣਗੇ, ਆ ਸਕਦੇ ਹੈ, ਕਦੇ ਵੀ ਜਾਣਾ ਉਹਨਾਂ ਨੇ ਆ ਜਾ ਸਕਦੇ, ਕੋਈ ਚੱਕਰ ਨਹੀਂ ਹੈ, ਉਹਨਾਂ ਨੂੰ ਕੋਈ ਰੋਕ ਨਹੀਂ ਸਕਦਾ। ਅਸਲੀ ਸਵਾਲ ਤੇ ਹੁਣ ਇਹ ਹੈ ਕਿ ਤੁਹਾਡੇ ਵਾਈਫ ਦਾ ਵਰਕ ਪਰਮਿਟ ਖਤਮ ਹੋ ਰਿਹਾ ਅਗਲੇ 2 ਸਾਲ ਤੱਕ, PG ਵਰਕ ਪਰਮਿਟ ਖਤਮ ਹੋ ਰਿਹਾ ਅਗਲੇ 2 ਸਾਲ ਤੱਕ, ਉਸ ਟਾਈਮ ਤੱਕ ਤੁਹਾਡਾ ਜਿਹੜਾ ਬੈਨ ਵੀ ਖਤਮ ਹੋ ਰਿਹਾ ਹੈ। ਲੇਕਿਨ ਚੈਲੰਜ ਇਹ ਹੈ ਕਿ ਅਗਰ ਜੇ ਵਾਈਫ ਨੇ PR ਨਹੀਂ ਬਣੀ ਤੇ ਉਹਨਾਂ ਦਾ PG ਵਰਕ ਪਰਮਿਟ ਖਤਮ ਹੋ ਜਾਏਗਾ, ਉਹਦੇ ਬਾਅਦ ਉਹ ਫਿਰ PR ਬਣਦੇ ਉਹਨਾਂ ਕੋਲ ਚਾਂਸ ਬਹੁਤ ਥੋੜੇ ਰਹਿ ਜਾਣਗੇ। ਸੋ ਇਸ ਕਰਕੇ 1 ਸਾਲ ਤੇ ਲੰਘ ਚੁੱਕਿਆ ਹੈ, 2 ਸਾਲ ਰਹਿ ਗਏ ਉਹਨਾਂ ਕੋਲ, ਜਦ ਐਕਸਪੀਰੀਅੰਸ ਹੋ ਜਾਏਗਾ, ਪ੍ਰੋਫੈਸ਼ਨਲ ਐਕਸਪੀਰੀਅੰਸ, ਨਾਕ ਵੀ ਐਕਸਪੀਰੀਅੰਸ ਹੋ ਗਿਆ ਤੇ ਕੋਈ ਨਾ ਕੋਈ ਆਪਣੀ ਫਾਈਲ ਉਹ ਲਾ ਸਕਦੀ, ਆਪਣੀ ਐਕਸਪ੍ਰੈਸ ਐਂਟਰੀ, CEC ਕਲਾਸ ਜਾਂ ਈਵਨ ਪ੍ਰੋਵਿੰਸ਼ੀਅਲ ਨਾਮਨੀ ਕਲਾਸ ਵਿੱਚ, ਜਦੋਂ PR ਬਣੇਗੀ, ਐਟਲੀਸਟ PR ਲਈ ਫਾਈਲ ਕਰੇਗੀ,
ਈਵਨ ਦੋ ਯੂ ਆਰ ਇਨਐਡਮਿਸਿਬਲ, ਈਵਨ ਦੋ ਤੁਸੀਂ ਮਿਸਰੈਪ ਕਰਕੇ ਤੁਸੀਂ ਜਾ ਨਹੀਂ ਸਕਦੇ, ਪਰ ਮੇਰੀ ਰੈਕਮੈਂਡੇਸ਼ਨ ਹੈ ਕਿ ਵੀ ਉਹ ਤੁਹਾਡਾ ਨਾਮ ਜੋੜੇਗੀ ਪੀਆਰ ਦੀ ਫਾਈਲ ਦੇ ਅੰਦਰ। ਜਦ ਪੀਆਰ ਦੀ ਫਾਈਲ ਵਿੱਚ ਨਾਮ ਜੁੜੇਗਾ, ਅਗਰ ਡਰੋ ਆਇਆ, ਲੈਟਸ ਸੇ ਕਿ ਐਕਸਪ੍ਰੈਸ ਐਂਟਰੀ ਦਾ ਡਰੋ ਆਇਆ ਜਾਂ ਯੂ ਫੋਰਗੇਟ ਜਾਂ ਈਵਨ ਪੀਐਨਪੀ ਦਾ ਇਨਵੀਟੇਸ਼ਨ ਆਇਆ, ਉਸ ਵਕਤ ਸਟਰੈਟਜੀ ਸਾਡੀ ਸਟਰੈਟਜੀ ਆ ਹੈ ਕਿ ਤੁਹਾਡੇ ਲਈ ਅਪਲਾਈ ਕੀਤਾ ਜਾਏਗਾ ਟੈਂਪਰਰੀ ਰੈਸੀਡੈਂਟ ਪਰਮਿਟ TRP। ਇਹ ਤੁਸੀਂ ਗੂਗਲ ਤੇ ਸਰਚ ਕਰਕੇ ਤੁਸੀਂ ਦੇਖ ਸਕਦੇ ਹੋ, ਤੁਹਾਨੂੰ ਲਿੰਕ ਵੀ ਭੇਜ ਚੁੱਕਿਆ ਮੈਂ ਅਕਸ਼ਰ। ਸੋ TRP ਇੱਕ ਸਪੈਸ਼ਲ ਪਰਮਿਟ ਹੈ, ਉਹ ਤੁਹਾਡੇ ਵਰਗੇ ਲੋਕਾਂ ਲਈ ਹੈ ਜਿਹਨਾਂ ਨੂੰ ਮਿਨਿਸਟਰ ਆਫਿਸ ਇਮੀਗ੍ਰੇਸ਼ਨ ਮਿਨਿਸਟਰ ਅਪਰੂਵ ਕਰਦੇ ਹੈ, ਉਹ ਔਨ ਦਾ ਕੇਸ ਬਾਏ ਕੇਸ ਦੇਖ ਕਰ ਕਿ ਵੀ ਇਹਨਾਂ ਨੂੰ ਅਸੀਂ ਜਿਹਨਾਂ ਨੂੰ ਬੈਨ ਕੀਤਾ ਸੀ ਉਹਨਾਂ ਨੂੰ ਅਸੀਂ ਦੁਬਾਰਾ ਕਿਉਂ ਅਲਾਓ ਕਰੀਏ ਆਉਣ ਲਈ, ਕਿਉਂਕਿ ਇੱਕ ਤਰਫ ਵਾਈਫ ਐਂਡ ਹਸਬੈਂਡ ਦੋਨਾਂ ਦੀ ਇਮੀਗ੍ਰੇਸ਼ਨ ਫਾਈਲ ਅੱਗੇ ਤੁਰ ਪਈ ਹੈ, ਜਿਹੜੀ ਅੱਗੇ ਅੱਗੇ ਚੱਲ ਰਹੀ ਹੈ, ਜਿਹੜੀ ਅੱਗੇ ਜਾ ਰਹੀ ਹੈ, ਮਤਲਬ ਹੁਣ PR ਬਣਨਾ ਹੈ, ਉਹਨਾਂ ਨੂੰ ਅਸੀਂ ਵੇਟ ਕਰਾਉਣਾ ਹੈ 2 ਸਾਲ ਲਈ, ਜਾਂ 2 ਸਾਲ ਤੋਂ ਪਹਿਲਾਂ TRP ਲੈ ਕੇ ਉਹਨਾਂ ਨੂੰ ਯੂਨਾਈਟ ਕਰ ਦੇਣਾ। ਉਹ ਡਿਸੀਜਨ ਮਿਨਿਸਟਰ ਨੇ ਲੈਣਾ, ਉਹੀ ਤਰੀਕਾ ਹੈ, ਹੋਰ ਕੋਈ ਤੀਸਰਾ ਦੂਸਰਾ ਤਰੀਕਾ ਕੋਈ ਹੋਰ ਨਹੀਂ ਹੈ। ਸੋ ਬਸ ਆਹੀ ਚੀਜ਼ ਕਹਿਣੀ ਸੀ, ਬਾਕੀ ਕੋਈ ਅਗਰ ਸਵਾਲ ਤੁਹਾਡੇ ਤੇ ਅਗਰ ਕੋਈ ਕਰਦਾ ਹੈ ਤਾਂ ਤੁਸੀਂ ਉਹਨਾਂ ਨੂੰ, ਕੋਈ ਉਹ ਚੱਕਰ ਨਹੀਂ ਹੈ। ਅੱਛਾ ਇੱਕ ਚੀਜ਼ ਹੋਰ ਹੈ, ਤੁਹਾਡੇ ਜਿਹੜੇ ਕੰਸਲਟੈਂਟ ਸਾਹਿਬ, ਮੈਂ ਨਾਮ ਨਹੀਂ ਲੈਣਾ ਕਿਸੇ ਦਾ ਵੀ, ਉਹਨਾਂ ਨੇ ਵੀ ਸ਼ਾਇਦ ਵਿੱਚ ਮੇਰੇ ਖਿਆਲ ਹੈ ਕਿ ਫਾਰਮ ਭਰਿਆ ਨਹੀਂ ਠੀਕ ਤਰੀਕੇ ਨਾਲ। ਇੱਕ ਜਿਹੜਾ ਫਾਰਮ ਹੁੰਦਾ ਨਾ, ਜਿਹੜੇ ਤੀਸਰੇ ਪੇਜ ਤੇ ਪੁੱਛਦੇ ਹੈ ਕਿ ਵੀ ਹੈਵ ਯੂ ਬੀਨ ਰਿਫਿਊਜ਼ ਫੋਰ ਐਨੀ ਕੰਟਰੀ ਔਰ ਹੈਵ ਯੂ ਬੀਨ ਯੂ ਨੋ ਰਿਫਿਊਜ਼ਡ ਅ ਵੀਜ਼ਾ ਫੋਰ ਕੈਨੇਡਾ ਐਨੀ ਕੰਟਰੀ, ਉੱਥੇ ਵੀ ਲੋਕ ਇਹ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਵੀ ਅਸੀਂ ਤੇ ਇੱਕ ਵਾਰ ਚਲੋ ਕੈਨੇਡਾ ਰਿਫਿਊਜ਼ ਹੋਇਆ ਤੇ ਉਹ ਵਿੱਚ ਲਿਖਣਾ ਜ਼ਰੂਰੀ ਹੈ ਕੈਨੇਡਾ ਰਿਫਿਊਜ਼ ਹੋ ਗਿਆ ਜੋ ਕੁਛ ਹੋਇਆ, ਬਾਕੀ ਕੰਟਰੀ ਵੀ ਅਗਰ ਕੋਈ ਰਿਫਿਊਜ਼ ਹੋਇਆ, ਈਵਨ ਨੇਪਾਲ, ਸ਼੍ਰੀਲੰਕਾ, ਅਫਗਾਨਿਸਤਾਨ, ਥਾਈਲੈਂਡ, ਵਟ ਐਵਰ, ਕੋਈ ਵੀ ਕੰਟਰੀ ਅਗਰ ਰਿਫਿਊਜ਼ ਹੋਇਆ ਹੈ ਤੇ ਉਸ ਫਾਰਮ 'ਚ ਲਿਖਣਾ ਜ਼ਰੂਰੀ ਹੈ ਕਿ ਵੀ ਅਸੀਂ ਰਿਫਿਊਜ਼ ਹੋਏ ਹਾਂ। ਅਗਰ ਜੇ ਅਸੀਂ ਨਹੀਂ ਲਿਖਦੇ, ਉਸ ਸਿੰਪਲ ਸਟੇਟਮੈਂਟ ਨੂੰ ਲੈ ਕੇ ਫਿਰ ਦੁਬਾਰਾ ਬੈਨ ਲੱਗ ਸਕਦਾ ਹੈ। ਇੱਕ ਬੈਨ ਤੇ LMO ਵਾਲਾ ਹੋ ਗਿਆ ਨਾ, LMO ਫਰੋਡ ਡਾਕੂਮੈਂਟ ਵਾਲਾ ਹੋ ਗਿਆ, ਉਹ ਤੇ ਚਲੋ ਹੋ ਗਿਆ, ਲੇਕਿਨ ਉਹ ਤੇ ਵੀਜ਼ਾ ਅਫਸਰ ਦੀ ਨਜ਼ਰ ਨਹੀਂ ਪਈ ਕਿ ਵੀ ਉੱਥੇ ਤੁਹਾਡੇ ਕੰਟਰੀ ਦਾ ਵੀ ਕਿਸੇ ਨੇ ਉਹ ਮਿਸ ਕਰ ਗਏ ਹੋ ਕਿ ਵੀ ਕੰਟਰੀ ਦਾ ਲਿਖਿਆ ਨਹੀਂ, ਤੁਸੀਂ ਜੋ ਕੰਟਰੀ ਤੁਸੀਂ ਰਿਫਿਊਜ਼ ਹੋ ਕਰ ਆਏ ਹੋ ਦੂਸਰੀ ਕੰਟਰੀ, ਉਹ ਵੀ ਉਹਨਾਂ ਨੇ ਮੈਨਸ਼ਨ ਨਹੀਂ ਕੀਤਾ। ਸੋ ਇਹ ਵੀ ਇੱਕ ਬਹੁਤ ਵੱਡੀ ਗਲਤੀ ਹੈ। ਚਲੋ ਥੈਂਕ ਯੂ ਵੈਰੀ ਮੱਚ, ਹੋਰ ਕੋਈ ਮੇਰੇ ਤੇ ਕੋਈ ਸਵਾਲ ਤੇ ਨਹੀਂ, ਕੋਈ LMO ਦੇ ਬਾਰੇ ਨਹੀਂ? ਥੈਂਕ ਯੂ ਸਰ, ਚਲੋ ਕਲੀਅਰ ਹੋ ਗਿਆ ਸਾਰਾ ਕੁਝ। ਨਹੀਂ, ਡਰਨ ਦੀ ਲੋੜ ਨਹੀਂ ਹੈ, ਡਿਵੋਰਸ ਕਰਨ ਦੀ ਡੈਫੀਨੇਟਲੀ ਲੋੜ ਨਹੀਂ ਹੈ, ਇਹ ਤਾਂ ਨਾ ਕਰਕੇ ਡਿਵੋਰਸ। ਬਾਕੀ ਉਹਨੂੰ ਵਾਈਫ ਨੂੰ ਜੇਕਰ ਆਉਣਾ ਹੈ, ਉਹਨੇ ਕਿਉਂ ਕੰਮ ਕਰ ਰਹੀ ਹੈ, ਉਹਨਾਂ ਦਾ ਐਕਸਪੀਰੀਅੰਸ ਉਹਨੇ ਇਕੱਠਾ ਕਰਨਾ ਹੈ, ਅਗਰ ਜੇ ਆਉਣਾ ਹੈ ਤਾਂ ਆ ਸਕਦੀ ਹੈ। ਇੰਡੀਆ ਆਉਣ ਲਈ ਉਹਨੂੰ ਕੋਈ ਰੋਕ ਨਹੀਂ ਸਕਦਾ, ਇੰਡੀਆ ਤੋਂ ਕੈਨੇਡਾ ਜਾਣ ਲਈ ਉਹਨੂੰ ਕੋਈ ਰੋਕ ਸਕਦਾ, ਕਿਉਂਕਿ ਉਹਦੇ ਕੋਲ ਪੋਸਟ ਗ੍ਰੈਜੂਏਟ ਵਰਕ ਪਰਮਿਟ ਹੈ ਅਗਲੇ 2 ਸਾਲ ਦਾ, ਵੈਲਿਡ ਮਲਟੀਪਲ, ਸੋ ਸ਼ੀ ਕੈਨ ਕਮ ਐਂਡ ਗੋ, ਉਹਦੇ ਵਿੱਚ ਕੋਈ ਚੱਕਰ ਨਹੀਂ ਹੈ ਕਿ ਵੀ ਉਹਨੂੰ ਕੋਈ ਪ੍ਰੋਬਲਮ, ਲੀਗਲ ਕੋਈ ਪ੍ਰੋਬਲਮ ਹੋ ਜਾਏਗੀ, ਇਸ ਤਰ੍ਹਾਂ ਦੀ ਕੋਈ ਚੀਜ਼ ਨਹੀਂ ਹੈ। ਸੋ ਉਸ ਤਰਫੋਂ ਤੁਸੀਂ ਬੇਫਿਕਰ ਰਹੋਗੇ, ਪਰ ਇਹ ਜ਼ਰੂਰ ਹੈ, ਮੈਂ ਉਹਨੂੰ ਜ਼ਰੂਰ ਕਿਹਾ ਹੈ ਕਿ ਵੀ ਉਹ ਆਪਣਾ ਪ੍ਰੋਫੈਸ਼ਨਲ ਜੋਬ ਕਰੇ, ਕੋਈ ਲੇਬਰ ਜੋਬ ਨਾ ਕਰੇ, ਪ੍ਰੋਫੈਸ਼ਨਲ ਜੋਬ ਕਰਕੇ ਨਾਕ ਵੀ ਜੋਬ ਹੈ ਜਿਹਦੇ ਵਿੱਚ ਐਟਲੀਸਟ $15-16 ਡਿਪੈਂਡਿੰਗ ਔਨ ਦਾ ਪ੍ਰੋਵਿੰਸ ਤਨਖਾਹ ਮਿਲਦੀ ਹੈ, ਉਹਦੇ ਥਰੂ ਹੀ ਅੱਗੇ ਵੀ ਤੁਹਾਡੀ ਫਾਈਲ ਲੱਗਦੀ ਹੈ ਉਸ ਐਕਸਪੀਰੀਅੰਸ ਨੂੰ ਲੈ ਕੇ। ਸੋ ਬਾਕੀ ਇਹ ਕੁਛ ਨਹੀਂ ਪਤਾ ਕਿ ਆਉਣ ਵਾਲੇ ਟਾਈਮ 'ਚ ਜੁਲਾਈ ਅਗਸਤ ਸ਼ਾਇਦ ਕੋਈ ਇਮੀਗ੍ਰੇਸ਼ਨ ਮਿਨਿਸਟਰ ਕੋਈ ਇੱਕ ਨਵੀਂ ਸਕੀਮ ਕੱਢ ਰਹੇ ਹੈ, ਸਾਨੂੰ ਪਤਾ ਨਹੀਂ ਹੈ, ਸ਼ਾਇਦ ਉਹ ਅਨਸਕਿਲਡ ਲੋਕਾਂ ਲਈ ਵੀ ਕਰ ਰਹੇ ਹੈ, ਵੀ ਹੈਵ ਨੋ ਆਈਡੀਆ। ਅਗਰ ਜੇ ਹੋ ਗਈ, ਨਹੀਂ ਹੋਇਆ ਤਾਂ ਕੀ ਹੋਏਗਾ, ਡੈਟ ਮੀਨਸ ਕਿ ਇਹਦੀ ਆਪਣੀ ਤਿਆਰੀ ਹੋਣੀ ਚਾਹੀਦੀ ਕਿ ਮੇਰੇ ਕੋਲ ਨੌਕਰੀ ਦੀ ਜੋਬ ਇਮੀਡੀਏਟਲੀ ਆ ਜਾਏ। ਬਾਕੀ ਮੇਰਾ ਸੁਨੇਹਾ ਸਾਰੇ ਲੋਕਾਂ ਲਈ ਇਹ ਹੈ ਕਿ ਵੀ LMO, ਜਿਹੜਾ ਵੀ ਇਨਸਾਨ LMO ਦਾ ਬਿਜ਼ਨਸ ਕਰਦਾ ਨਾ, LMO LMI ਅੱਜ ਕੱਲ੍ਹ ਪਹਿਲਾਂ LMO ਕਹਿੰਦੇ ਸਨ, ਜਿਹੜਾ ਕੰਸਲਟੈਂਟ LMI ਦਾ ਬਿਜ਼ਨਸ ਕਰ ਰਿਹਾ, ਬੜੇ ਸੁਚੇਤ ਹੋ ਕੇ ਡੀਲਿੰਗ ਕਰੋ। ਪਹਿਲੀ ਗੱਲ ਤੇ ਜਾਂਦੇ ਸਾਰ ਉਹਨਾਂ ਨੂੰ ਪੁੱਛੋ ਕਿ ਭਾਜੀ ਤੁਹਾਡੇ ਕੋਲ ਲਾਇਸੈਂਸ ਹੈ ਕੈਨੇਡਾ ਦਾ, ਤੁਸੀਂ ਕੋਈ ਲੋਇਰ ਹੋ, ਉਹਦਾ ਕੋਈ ਰਜਿਸਟ੍ਰੇਸ਼ਨ ਵਿਖਾ ਦਿਓ, ਕੋਈ ਲਾਇਸੈਂਸ ਕਾਪੀ ਦਿਖਾ ਦਿਓ, ਇਸ ਤੋਂ ਪਹਿਲਾਂ ਤੁਸੀਂ ਕਿੰਨੇ ਲੋਕਾਂ ਨੂੰ ਇਸੇ ਨੌਕਰੀ ਦੇ ਤਹਿਤ ਭੇਜਿਆ, ਉਹਨਾਂ ਦੇ ਕੋਈ ਨਾਮ ਦੇ ਦਿਓ, ਅਸੀਂ ਫੋਨ ਕਰਕੇ ਪਤਾ ਕਰ ਲਈਏ, ਤੇ ਤੁਸੀਂ ਕੋਈ ਜੋ ਅਸੀਂ ਪੈਸੇ ਤੁਹਾਨੂੰ ਦੇ ਰਹੇ ਉਹਦੀ ਕੋਈ ਰਸੀਦ ਹੈ, ਕੋਈ ਰਸੀਦ ਕੋਈ ਦਿਓਗੇ, ਈਮੇਲ ਕਿਹਦਾ ਯੂਜ ਕਰੋਗੇ, ਈਮੇਲ ਤੁਸੀਂ ਆਪਣਾ ਕਰ ਲਿਆ ਤਾਂ ਜੋ ਮੈਸੇਜ ਆਏਗਾ ਤੁਹਾਡੇ ਕੋਲ ਆਏਗਾ, ਅਸੀਂ ਤੇ ਤੁਹਾਡੇ ਤੇ ਡਿਪੈਂਡੈਂਟ ਹੋ ਗਏ। ਇਹ ਸਾਰੀ 3-4 ਗੱਲਾਂ ਅਗਰ ਜੇ ਪੁੱਛ ਲਓਗੇ ਕਿਸੇ ਵੀ ਲੋਇਰ ਕੰਸਲਟੈਂਟ ਤੋਂ, ਫਰੋਡ ਹੋਣ ਤੋਂ ਬਚ ਜਾਓਗੇ। ਮੇਰਾ ਮਕਸਦ ਹੀ ਹੈ ਕਿ ਵੀ ਫਰੋਡ ਤੋਂ ਬਚੋ, ਪੈਸਾ ਵੀ ਖਰਾਬ ਹੈ ਤੇ 5 ਸਾਲ ਵੀ ਖਰਾਬ। ਠੀਕ ਹੈ ਜੀ, ਥੈਂਕ ਯੂ ਵੈਰੀ ਮੱਚ ਗੁਰਜੀਤ ਸਿੰਘ, ਥੈਂਕ ਯੂ, ਆਈ ਵਿਸ਼ ਯੂ ਗੁੱਡ ਲੱਕ ਫੋਰ ਯਰ ਫਿਊਚਰ। ਸਤਿ ਸ਼੍ਰੀ ਅਕਾਲ।
ਹੈ।